200 ਮੈਸੀ IMT 533 76 ਮਾਡਲ ਆ ਅਤੇ 1.5 ਲੱਖ ਰੁਪਈਆ ਡਿਮਾਂਡ ਆ। ਅਗਰ ਜੌਂਡੀਅਰ 5405 2020 ਮਾਡਲ ਆ ਅਤੇ ਬਿਲਕੁਲ ਓਕੇ ਟਰੈਕਟਰ ਆ। ਉਸ ਤੋਂ ਬਾਅਦ ਆ ਗਿਆ ਫਾਰਮ ਟਰੈਕ 60 2004 ਮਾਡਲ ਆ, ਪੰਜਾਬ ਨੰਬਰ ਆ ਅਤੇ 268000 ਰੁਪਈਆ ਬਾਈ ਅਰਗੇ ਡਿਮਾਂਡ ਕਰਦੇ ਇਹਦੀ। ਉਸ ਤੋਂ ਬਾਅਦ ਆ ਗਿਆ ਦੋਸਤੋ 6911 97 ਮਾਡਲ ਆ, 1,85,000 ਰੁਪਈਆ ਡਿਮਾਂਡ ਕਰਦੇ ਆ ਬਾਈ ਜੀ ਅਰਗੇ। ਅਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ, ਅੱਜ ਆਪਾਂ ਪਹੁੰਚੇ ਹਾਂ ਕੋਟਕਪੂਰੇ ਟਰੈਕਟਰ ਮੰਡੀ 'ਤੇ ਅਤੇ ਆ ਜਾਓ ਆਪਾਂ ਤੁਹਾਨੂੰ ਸਾਰੀ ਟਰੈਕਟਰਾਂ ਦੀ ਮਾਰਕੀਟ ਵੀ ਦੱਸਦੇ ਹਾਂ ਅਤੇ ਨਾਲੇ ਆਪਾਂ ਮਾਲਕ ਵੀਰਾਂ ਦੇ ਫੋਨ ਨੰਬਰ ਲੈ ਕੇ ਦਿੰਦੇ ਹਾਂ ਤੁਹਾਨੂੰ। ਅਤੇ ਵੀਡੀਓ ਸਾਰੇ ਭਰਾ ਸ਼ੇਅਰ ਜ਼ਰੂਰ ਕਰ ਦਿਓ। ਜੌਂਡੀਅਰ 5405 2020 ਮਾਡਲ ਆ ਅਤੇ ਬਿਲਕੁਲ ਓਕੇ ਟਰੈਕਟਰ ਆ। ਆਪਾਂ ਕਹਿ ਲਈਏ ਜੇ ਕੰਡੀਸ਼ਨ ਆਪਾਂ ਕਹੀਏ ਵੀ 100 'ਚੋਂ 100 ਹੀ ਪਈ ਆ, ਹੈ ਨਾ। ਤਾਂ ਆਪਾਂ ਬਾਈ ਜੀ ਅਰਗਿਆਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਕੀ ਡਿਮਾਂਡ ਕਰਦੇ ਇਹਦੀ ਜਾਂ ਕਿਹੜਾ ਪਿੰਡ ਆ, ਨਾਲੇ ਤੁਹਾਨੂੰ ਫੋਨ ਨੰਬਰ ਲੈ ਕੇ ਦਿੰਦੇ ਹਾਂ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਜੀ ਦਿਓ ਜਾਣਕਾਰੀ ਇਸ ਟਰੈਕਟਰ ਬਾਰੇ। ਇਹ 5405 ਟਰੈਕਟਰ ਆ ਜੀ, ਘਰੇ ਟਰੈਕਟਰ ਜੀ, ਆਪਦਾ ਪਹਿਲੇ ਨੰਬਰ 'ਤੇ ਆ, ਬੇਟੇ ਦੇ ਨਾਂ 'ਤੇ ਆ ਜੀ। ਠੀਕ ਹੈ ਜੀ। ਅਤੇ 2020 ਮਾਡਲ ਆ ਬਾਈ ਜੀ? 2020 ਮਾਡਲ ਆ, ਮਾਰਚ 'ਚ ਆਇਆ ਜੀ। ਠੀਕ ਹੈ ਜੀ। ਛੇ ਮਹੀਨੇ 'ਚ ਕੀ ਡਿਮਾਂਡ ਕਰਦੇ ਆ ਬਾਈ ਜੀ ਟਰੈਕਟਰ ਦੇ? 9,10,000 ਰੇਟ ਆ ਜੀ। 9,10,000 ਰੁਪਇਆ। ਕੋਈ ਮੌਕੇ 'ਤੇ ਮਾੜਾ ਮੋਟਾ ਹੋ ਜੂਗਾ ਇਮਾਨ ਤਾਂ? ਮੌਕੇ 'ਤੇ ਕਰ ਲਾਂਗੇ। ਠੀਕ ਹੈ ਜੀ। ਬਾਈ ਜੀ ਫੋਨ ਨੰਬਰ ਬੋਲ ਦਿਓ ਆਪਣਾ ਜੀ। 7027। ਹਾਂਜੀ। 90-62-92। ਇੱਕ ਵਾਰੀ ਦੁਬਾਰਾ ਦੱਸ ਦਿਓ ਜੀ। 7027। ਹਾਂਜੀ। 90-62-92। ਠੀਕ ਹੈ ਜੀ। ਸੋ ਉਸ ਤੋਂ ਬਾਅਦ ਆ ਗਿਆ ਫਾਰਮ ਟਰੈਕ 60 2004 ਮਾਡਲ ਆ, ਪੰਜਾਬ ਨੰਬਰ ਆ ਅਤੇ 268000 ਰੁਪਈਆ ਬਾਈ ਅਰਗੇ ਡਿਮਾਂਡ ਕਰਦੇ ਇਹਦੀ। ਅਤੇ ਆਪਾਂ ਬਾਈ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਅਤੇ ਬਾਕੀ ਤੁਸੀਂ ਇੱਕ ਵਾਰੀ ਟਰੈਕਟਰ ਦੀ ਕੰਡੀਸ਼ਨ ਦੇਖ ਲਓ, ਬਹੁਤ ਸੋਹਣੀ ਕੰਡੀਸ਼ਨ ਆ ਟਰੈਕਟਰ ਦੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿਹੜਾ ਪਿੰਡ ਆ ਬਾਈ ਜੀ? ਮੇਰਾ ਜੀ ਕੋਟਪੂਰਾ। ਠੀਕ ਹੈ ਜੀ। ਅਤੇ ਟਰੈਕਟਰ ਹੈਗਾ ਆਪਣਾ ਇਹ 2004 ਮਾਡਲ ਹੈ? 2004 ਮਾਡਲ, ਪੰਜਾਬ ਨੰਬਰ ਹੈ ਜੀ। ਠੀਕ ਹੈ ਜੀ। ਅਤੇ 2,68,000 ਚੋਂ ਕੋਈ ਮੌਕੇ 'ਤੇ ਕਰੋਗੇ ਜੀ ਮਾਨਤਾ? ਹਾਂਜੀ ਹਾਂਜੀ, ਹੋ ਜੂਗਾ ਜੀ। ਠੀਕ ਹੈ ਜੀ। ਬਾਈ ਜੀ ਆਪਣਾ ਫੋਨ ਨੰਬਰ ਬੋਲ ਦਿਓ ਜੀ। 98-766-54-566 ਜੀ। ਇੱਕ ਵਾਰੀ ਦੁਬਾਰਾ ਦੱਸ ਦਿਓ ਜੀ। 98-766-54-566 ਜੀ। ਠੀਕ ਹੈ ਜੀ। ਸੋ ਤੋਂ ਬਾਅਦ ਆ ਗਿਆ ਦੋਸਤੋ 6911 97 ਮਾਡਲ ਆ, 1,85,000 ਰੁਪਈਆ ਡਿਮਾਂਡ ਕਰਦੇ ਆ ਬਾਈ ਜੀ ਅਰਗੇ। ਅਤੇ ਪਿਛਲੇ ਟਾਇਰ JK ਦੇ ਆ ਅਤੇ ਅਗਲੇ ਟਾਇਰ ਹੈਗੇ ਆ ਇਹਦੇ ਅਲਾਇੰਸ ਦੇ। ਅਤੇ ਬਾਕੀ ਟਰੈਕਟਰ ਦੀ ਕੰਡੀਸ਼ਨ ਬਹੁਤ ਸੋਹਣੀ ਆ, ਕਿਉਂਕਿ 6911 ਦੀ ਜੇ ਅੱਜ ਆਪਾਂ ਦੇਖੀਏ ਤਾਂ ਡਿਮਾਂਡ ਵੀ ਬਹੁਤ ਜ਼ਿਆਦਾ। ਬਾਕੀ ਆਪਾਂ ਬਾਈ ਜੀ ਅਰਗਿਆਂ ਨਾਲ ਵੀ ਕਰਦੇ ਹਾਂ ਗੱਲਬਾਤ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਕਿਹੜਾ ਪਿੰਡ ਆ ਬਾਈ ਜੀ? ਕੋਟਕਪੂਰਾ ਜੀ। ਠੀਕ ਹੈ ਜੀ। ਅਤੇ ਫੋਨ ਨੰਬਰ ਬੋਲਿਓ ਬਾਈ ਜੀ ਆਪਣਾ। 6288-50-610। ਠੀਕ ਹੈ ਜੀ। ਅਤੇ ਕੋਈ ਮੌਕੇ 'ਤੇ ਹੋ ਜੂਗਾ ਜੀ ਮਾਨਤਾ? ਜ਼ਰੂਰ ਹੋ ਜੂਗਾ। ਠੀਕ ਹੈ ਜੀ। ਸੋ ਦੋਸਤੋ, ਕਿਸੇ ਵੀ ਭਰਾ ਨੇ 6911-97 ਮਾਡਲ ਖਰੀਦਣਾ ਹੋਵੇ ਤਾਂ 1,85,000 ਰੁਪਈਆ ਬਾਈ ਜੀ ਅਰਗੇ ਡਿਮਾਂਡ ਕਰਦੇ ਆ। ਅਤੇ ਫੋਨ ਨੰਬਰ ਆਪਾਂ ਤੁਹਾਨੂੰ ਲੈ ਕੇ ਦੇਤਾ ਅਤੇ ਤੁਸੀਂ ਕਰ ਲਿਓ ਕਾਲ ਜਿਹੜੇ ਵੀ ਭਰਾ ਨੇ 6911 ਟਰੈਕਟਰ ਖਰੀਦਣਾ ਹੋਵੇ। ਉਸ ਤੋਂ ਬਾਅਦ ਆ ਗਿਆ ਦੋਸਤੋ ਮੈਸੀ IMT 533 76 ਮਾਡਲ ਆ ਅਤੇ 1,50,000 ਰੁਪਈਆ ਡਿਮਾਂਡ ਆ। ਅਤੇ ਬਾਕੀ ਬਾਈ ਦਾ ਫੋਨ ਨੰਬਰ ਡਿਸਪਲੇ 'ਤੇ ਚੱਲ ਰਿਹਾ, ਕਿਸੇ ਵੀ ਭਰਾ ਨੇ ਮੈਸੀ ਖਰੀਦਣਾ ਹੋਵੇ ਤਾਂ ਤੁਸੀਂ ਬਾਈ ਨੂੰ ਕਾਲ ਕਰ ਲਿਓ। ਸੋ ਦੋਸਤੋ, ਉਸ ਤੋਂ ਬਾਅਦ ਆ ਗਿਆ ਸਵਰਾਜ 735 95 ਮਾਡਲ ਆ ਅਤੇ 1,50,000 ਰੁਪਈਆ ਡਿਮਾਂਡ ਹੈ ਇਹਦੀ। ਅਤੇ ਮਾਲਕ ਦਾ ਨੰਬਰ ਹੈਗਾ 96-533-41-593। ਇਸ ਨੰਬਰ 'ਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਕਿਸੇ ਵੀ ਭਰਾ ਨੇ ਸਵਰਾਜ 95 ਮਾਡਲ ਲੈਣਾ ਹੋਵੇ ਤਾਂ 1,50,000 ਰੁਪਈਆ ਡਿਮਾਂਡ ਕਰਦੇ ਆ ਬਾਈ। ਬਾਕੀ ਬਾਈ ਕਹਿੰਦਾ ਵੀ ਮੌਕੇ 'ਤੇ ਮਾਨ ਤਾਂ ਆਪਾਂ ਜ਼ਰੂਰ ਕਰਾਂਗੇ। ਦੋਸਤੋ, ਉਸ ਤੋਂ ਬਾਅਦ ਆ ਗਿਆ ਸਵਰਾਜ 735 FA 2003 ਮਾਡਲ ਆ, 2,35,000 ਰੁਪਈਆ ਡਿਮਾਂਡ ਕਰਦੇ ਬਾਈ ਇਹਦੀ। ਅਤੇ ਇਹ ਵੀ ਪੰਜਾਬ ਨੰਬਰ ਆ ਅਤੇ ਬਾਕੀ ਟਾਇਰਾਂ ਦੀ ਕੰਡੀਸ਼ਨ ਬਹੁਤ ਸੋਹਣੀ ਆ। ਅਤੇ ਆਪਾਂ ਬਾਈ ਜੀ ਅਰਗਿਆਂ ਤੋਂ ਫੋਨ ਨੰਬਰ ਵੀ
ਲੈ ਕੇ ਦਿੰਦੇ ਤੁਹਾਨੂੰ ਅਤੇ ਬਾਕੀ ਬਾਈ ਜੀ ਫੋਨ ਨੰਬਰ ਬੋਲਿਓ ਜੀ ਆਪਣਾ ਅਤੇ ਹੋ ਜੂ ਕੋਈ ਮੌਕੇ 'ਤੇ ਮਾਨ ਤਾਨ ਦੋਵਾਂ ਟਰੈਕਟਰਾਂ 'ਚੋਂ ਜੀ ਠੀਕ ਆ ਬਾਈ ਜੀ। ਸੋ ਦੋਸਤੋ ਉਸ ਤੋਂ ਬਾਅਦ ਆ ਗਿਆ ਫੋਰਡ 3630 2000 ਮਾਡਲ ਆ 2,90,000 ਰੁਪਈਆ ਬਾਈ ਇਹਦੀ ਡਿਮਾਂਡ ਕਰਦੇ ਆ ਪੀ ਵੀ ਨੰਬਰ ਆ ਬਾਕੀ ਟਰੈਕਟਰ ਦੀ ਕੰਡੀਸ਼ਨ ਬਹੁਤ ਸੋਹਣੀ ਆ ਅਤੇ ਆਪਾਂ ਬਾਈ ਜੀ ਵਰਗਿਆਂ ਨਾਲ ਵੀ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਦਿਓ ਜਾਣਕਾਰੀ ਟਰੈਕਟਰ ਬਾਰੇ। ਪਹਿਲਾਂ ਆਪਾਂ ਤੁਹਾਨੂੰ ਵਿਖਾਈਏ ਛੋ ਦਾ ਰੰਗ ਵਿਖਾ ਦੇ ਟਰੈਕਟਰ ਕਿਤੋਂ ਵੀ ਟੱਚ ਨਹੀਂ ਹਜੇ ਤੱਕ ਰੰਗ ਪਿੰਡ ਬਿਲਕੁਲ ਨਾਲ ਦਾ ਟਰੈਕਟਰ ਦੇ ਠੀਕ ਆ ਬਾਈ। ਆਹ ਥੱਲੇ ਚਾਰੇ ਰੈਮਾਂ ਵਿਖਾ ਦੇ ਰੈਮਾਂ ਦੇ ਉੱਪਰ ਅਸੀਂ ਮਾਰ ਕੇ ਆ ਟਰੈਕਟਰ ਦੇ ਠੀਕ ਆ ਦੇ ਰੈਮਾਂ ਟਰੈਕਟਰ ਦੇ ਚਾਰੇ ਦੇ ਚਾਰੇ ਰੈਮ ਟਰੈਕਟਰ ਦੇ ਨਾਲ ਦੇ ਆ ਰੰਗ ਵੀ ਨਾਲ ਦਾ ਰੈਮਾਂ ਤੇ ਠੀਕ ਆ ਬਰਾ ਲੱਕੀਆਂ ਨਹੀਂ ਗਲੀਆਂ ਪੂਰਾ ਸਾਂਭਿਆ ਟਰੈਕਟਰ ਆ 3630 ਦੀ ਮਗਰਲੇ ਸਰੀ ਆਵਾਜ਼ ਆਉਂਦੀ ਹੁੰਦੀ ਆ ਠੀਕ ਆ ਬਾਈ ਮਾੜਾ ਮੋਟਾ ਆਪਾਂ ਵੱਧ ਕੰਮ ਲੈ ਲਈਏ ਟਰਾਲੇ ਦਾ ਇਸ ਟਰੈਕਟਰ ਦੀ ਆਵਾਜ਼ ਨਹੀਂ ਆਉਂਦੀ ਮਗਰ ਠੀਕ ਆ ਬਾਈ ਠੀਕ ਆ ਇੰਜਨ ਗੇਅਰ ਦਾ ਜਮਾ ਓਕੇ ਆ ਕੋਈ ਬਲੋ ਨਹੀਂ ਬਾਕੀ ਇਹ ਰੂਟਰ ਪੰਪ ਵਾਲਾ ਟਰੈਕਟਰ ਆ ਠੀਕ ਆ ਬਾਈ ਬੰਦੇ ਕੀ ਕਰਦੇ ਆ 3630 ਲੈ ਲੈਂਦੇ ਆ 2000 ਮਾਡਲ ਉਹ ਤੋਂ ਬਾਅਦ ਪੰਪ ਮਾਈਕੋ ਦਾ ਲਾ ਦਿੰਦੇ ਆ ਠੀਕ ਆ ਬਾਈ ਇਹ ਰੂਟਰ ਪੰਪ ਤੇ ਉਵੇਂ ਹੀ ਰੀਜਨਲ ਆ ਠੀਕ ਆ ਬਾਈ ਕੋਈ ਚੇਂਜ ਨਹੀਂ ਗਿਆ ਇਸ ਟਰੈਕਟਰ 'ਚ ਬਾਕੀ ਇਹ 2000 ਮਾਡਲ ਆ ਪੰਜਾਬ ਨੰਬਰ ਆ 2,90,000 ਮੰਗਦੇ ਆ ਜਿਹੜਾ ਬਈ ਤੇਰਾ ਚੈਨਲ ਵੇਖ ਕੇ ਆਊਗਾ ਉਹਦਾ 10,000 ਰੁਪਈਆ ਮਾਨ ਦੇਣਾ ਠੀਕ ਆ ਬਾਈ ਤੇ ਆਪਣਾ ਚੈਨਲ ਵੇਖ ਕੇ ਆਊਗਾ ਠੀਕ ਆ ਬਾਈ ਬਾਕੀ ਇੰਜਨ ਗੇਅਰ ਦਾ ਜਮਾ ਓਕੇ ਟਰੈਕਟਰ ਫੋਨ ਨੰਬਰ ਬੋਲੇ ਭਰਾ ਆਪਣਾ ਫੋਨ ਨੰਬਰ ਹੈਗਾ ਜੀ ਬਾਈ ਦਾ 98788 ਹਾਂਜੀ 3890 ਇੱਕ ਵਾਰੀ ਦੁਬਾਰਾ ਬੋਲ ਦੇ ਭਰਾ 98788 3890 ਤੇ ਸੰਪਰਕ ਕਰਕੇ ਤੁਸੀਂ ਆਹ ਟਰੈਕਟਰ ਖਰੀਦ ਸਕਦੇ ਆ ਪਿੰਡ ਵਾਂਦਰ ਚਟਾਣਾ ਜ਼ਿਲ੍ਹਾ ਫਰੀਦਕੋਟ 2.5 ਤੋਂ 3 ਸਾਲ ਹੋ ਗਿਆ ਘਰੇ ਵਾਹੀ ਤੇ ਚੱਲਦਾ ਟਰੈਕਟਰ ਕੋਈ ਵਪਾਰ ਲੈਂਦਾ ਕੰਮ ਨਹੀਂ ਜੇ ਆਪਾਂ ਕਹਿ ਲਈਏ ਕੋਈ ਵਾਹ ਕੇ ਵੀ ਲਿਜਾ ਸਕਦਾ ਬਾਈ ਘਰੇ ਆ ਕੇ 11 ਹਲ ਪਾ ਦਾਂਗੇ ਉੱਤੋਂ ਦੀ ਮਿੱਟੀ ਕੱਢ ਦਾਂਗੇ ਠੀਕ ਆ ਬਾਈ ਕਹਿੰਦਾ ਫੁੱਲ ਗਰੰਟੀ ਆ ਠੀਕ ਆ ਬਾਈ। ਸੋ ਦੋਸਤੋ ਉਸ ਤੋਂ ਬਾਅਦ ਆਗਾ ਫਾਰਮ ਟਰੈਕ 97 ਮਾਡਲ 1,75,000 ਰੁਪਇਆ ਡਿਮਾਂਡ ਕਰਦੇ ਆ ਤੇ ਬਾਈ ਜੀ ਆਪਣੇ ਨਾਲ ਆਪਾਂ ਬਾਈ ਤੋਂ ਹੀ ਜਾਣਕਾਰੀ ਲੈਣੇ ਆ ਬਾਈ ਜੀ ਦੇਹੀ ਜਾਣਕਾਰੀ ਇਸ ਟਰੈਕਟਰ ਬਾਰੇ 1997 ਮਾਡਲ ਆ ਟਰੈਕਟਰ ਠੀਕ ਆ ਠੀਕ ਆ ਬਾਈ 1 ਲੱਖ ਦਾ ਕੰਮ ਹੋਇਆ ਵਾ ਠੀਕ ਆ ਬਾਈ ਸਿੰਗਲ ਕਲਚ ਟਰੈਕਟਰ ਆ ਪਰ ਕੱਲ ਅਸੀਂ 7 ਫੁੱਟਾ ਰੋਟਾਵੇਟਰ ਮਾਰਿਆ ਇਸ ਟਰੈਕਟਰ ਨਾਲ ਠੀਕ ਆ ਬਾਈ ਕਿੰਨੇ ਮਾਰਿਆ ਕੋਈ ਮੈਂ ਕਹਿੰਦਾ ਦਬਦਾ ਹੀ ਨਹੀਂ ਟਰੈਕਟਰ ਠੀਕ ਆ ਬਾਈ ਬਾਕੀ ਟਰੈਕਟਰ ਦੇ ਮੂਹਰਲੇ ਟਾਇਰ ਤੇ ਮਗਰਲੇ ਟਾਇਰ ਚਾਰੇ ਗੁਡੀਅਰ ਦੇ ਟਾਇਰ ਆ ਠੀਕ ਆ ਬਾਈ ਗੁਡੀਅਰ ਦੇ ਅਗਲੇ ਟਾਇਰ ਹੈਗੇ ਆ ਜੀ 90 ਪੈਸੇ ਮਗਰਲੇ ਟਾਇਰ 45 ਪੈਸੇ ਟਾਇਰ ਆ ਬਾਕੀ ਚੰਗੀ ਬੈਟਰੀ ਆ ਇਹ ਨਹੀਂ ਕਿ ਵਧਾਈਆਂ ਦੇਣ ਤੋਂ ਪਹਿਲਾਂ ਤੁਹਾਡੇ ਧੱਕਾ ਲੱਗਣ ਲੱਗ ਪੂ ਠੀਕ ਆ ਬਾਈ ਇਹ ਸੈਲਫ ਸਟਾਰਟ ਟਰੈਕਟਰ ਆ ਡੈਕ ਲੱਗਿਆ ਜਿਵੇਂ ਤੁਸੀਂ ਖੜਾ ਲਾਈਟਾਂ ਦੇਖ ਰਹੇ ਆ ਡੰਡਾ ਫੱਟੀ ਛਤਰੀ ਸਾਰਾ ਸਮਾਨ ਦੇਣਾ ਜੀ ਇੰਜਨ ਗੇਅਰ ਦਾ ਜਮਾ ਓਕੇ ਆ ਬਾਈ ਯਾਰ ਭੋਰਾ ਬਲੋ ਵਿਖਾ ਕੇ ਲੀੜਾ ਪਾ ਕੇ ਗਰਮ ਕਰ ਲਿਓ ਪ੍ਰੈਸ਼ਰ ਤੋੜ ਗਿਆ ਸਾਡਾ ਠੀਕ ਆ ਬਾਈ ਫੁੱਲ ਗਰੰਟੀ ਆ ਫੋਨ ਨੰਬਰ ਬੋਲੀ ਬਾਈ ਆਪਣਾ ਫੋਨ ਨੰਬਰ ਹੈਗਾ 8542-0251 ਇੱਕ ਵਾਰੀ ਦੁਬਾਰਾ ਦੱਸ ਦੇ ਬਾਈ 8542-0251 ਦੇ ਸੰਪਰਕ ਕਰਕੇ ਤੁਸੀਂ ਆ ਟਰੈਕਟਰ ਬਾਰੇ ਹੋਰ ਜਾਣਕਾਰੀ ਫੋਟੋਆਂ ਵੀਡੀਓ ਮੰਗਾ ਸਕਦੇ ਆ ਠੀਕ ਆ ਬਾਈ ਤੇ ਇੱਕ ਆਪਣਾ ਬਾਈ ਉਹ ਸਵਰਾਜ 735 ਬਾਰੇ ਵੀ ਜ਼ਰੂਰ ਦਿਓ ਜਾਣਕਾਰੀ ਸਾਰੇ ਭਰਾਵਾਂ ਨੂੰ ਇਹ ਕਿਹੜਾ ਮਾਡਲ ਆ ਬਾਈ ਇਹ ਟਰੈਕਟਰ ਹੈਗਾ ਬਾਈ 1996 ਮਾਡਲ ਆ ਠੀਕ ਆ ਬਾਈ ਇਹ ਟਰੈਕਟਰ ਦੇ ਬਾਈ ਆਪਾਂ ਨੂੰ ਬਹੁਤ ਜ਼ਿਆਦਾ ਫੋਨ ਆ ਰਿਹਾ ਆਪਾਂ ਵਕਾਊ ਹੀ ਆਪਾਂ ਸਮਝ ਲਈ ਕੱਲ ਹੱਥ ਨਹੀਂ ਕੀਤਾ ਕੰਮ ਆਪਣਾ ਹੁਣ ਨਿਬੜਿਆ ਠੀਕ ਆ ਬਾਈ ਘਰੇ ਚੱਲਦਾ ਟਰੈਕਟਰ ਪਹਿਲਾਂ ਤਾਂ ਇਹ ਹੈਗਾ ਟਰੈਕਟਰ PB42 ਸਮਾਣੇ ਦੇ ਨੰਬਰ ਆ ਠੀਕ ਆ ਭਰਾ ਇੱਕੋ ਘਰੇ ਚੱਲਿਆ ਬਾਈ ਪਹਿਲੇ ਨਾਮ ਆ ਟਰੈਕਟਰ ਰੰਗ ਪਿੰਡ ਦਾ ਇਹ ਨਾਲ ਠੀਕ ਆ ਬਾਈ ਤੇ ਉਹਨਾਂ ਬੰਦਿਆਂ ਨੇ ਇੱਕੋ ਘਰੇ ਚਲਾ ਕੇ ਨਵਾਂ ਫੇਰ ਲੈ ਗਏ ਉਹ ਏਜੰਸੀ ਦੇ ਕੇ ਸੀ ਉਸ ਤੋਂ ਬਾਅਦ ਆਪਣੇ ਕੋਲੇ ਆਇਆ ਠੀਕ ਆ ਬਾਈ ਪੰਜਾਬ ਨੰਬਰ ਆ 96 ਮਾਡਲ ਆ ਬਾਕੀ ਟਰੈਕਟਰ ਇੰਜਨ ਗੇਅਰ ਦੇ ਵੀ ਜਮਾ ਓਕੇ ਆ ਠੀਕ ਆ ਇਹਦੇ ਵੀ ਪਾਉਂਦੀ ਲੀੜਾ ਪਾ ਕੇ ਗਰਮ ਕਰ ਲਓ ਪ੍ਰੈਸ਼ਰ ਨਹੀਂ ਤੋੜਦਾ ਠੀਕ ਆ ਬਾਈ ਡੰਡਾ ਫੱਟੀ ਛਤਰੀ ਸਾਰਾ ਸਮਾਨ ਨਾਲ ਆ ਰੀਜਨਲ ਡੰਡਾ ਨਾਲ ਇਹਦੇ ਨਵਾਂ ਡੰਡਾ ਇਹਦੇ ਚੋਂ ਬਾਈ ਕਿੰਨੀ ਕਰੇਗਾ ਮਾਨਤਾ ਨੇ 1,35 ਚੋਂ ਇਹ ਬਾਈ ਆਪਾਂ ਖਿੱਚ ਕੇ ਰੇਟ ਲਿਖਿਆ 1,30,000 ਦਾ ਮਿਲ ਜਾਣਾ ਟਰੈਕਟਰ ਤੇ ਬਾਕੀ ਤੇਲ ਪਾਣੀ ਜੋਗੇ ਛੱਡ ਦਾਂਗੇ ਠੀਕ ਆ ਬਾਈ ਇੱਕ ਵਾਰੀ ਨੰਬਰ ਦੁਬਾਰੇ ਫੇਰ ਦੱਸ ਦੇ ਬਾਈ ਆਪਦਾ ਮੋਬਾਈਲ ਨੰਬਰ ਹੈਗਾ ਜੀ ਆਪਣਾ 8542-0251। ਸੋ ਦੋਸਤੋ ਬਾਈ ਕੋਲੇ ਦੋ ਟਰੈਕਟਰ ਆ ਇੱਕ ਸਵਰਾਜ 735 ਇਹ ਹੈਗਾ 96 ਮਾਡਲ 1,35,000 ਰੁਪਇਆ ਡਿਮਾਂਡ ਆ ਇੱਕ ਬਾਈ ਹੋਰ ਗੱਲ ਜੇ ਕਿਸੇ ਬਾਈ ਕੋਲੇ ਕਈ ਵਾਰ ਪੈਸੇ ਘੱਟ ਹੁੰਦੇ ਜ਼ਿਮੀਦਾਰ ਕੋਲੇ ਠੀਕ ਆ ਬਾਈ ਟਰੈਕਟਰ ਦੇਣਾ ਹੁੰਦਾ ਕਿ ਆਪਾਂ ਅਗਲੇ ਨੂੰ ਸੌਖਾ ਹੋ ਜਾਂਦਾ
ਆਪਾਂ ਟਰੈਕਟਰ ਜਾਇਜ਼ ਰੇਟ 'ਚ ਵਿੱਚ ਕੱਟ ਲਾਂਗੇ। ਠੀਕ ਆ, ਜੇ ਕੋਈ ਵੀ ਟਰੈਕਟਰ ਭਲਾ ਛੋਟਾ ਕਟਾਉਣਾ ਹੋਵੇ ਭਲਾ ਵੱਡਾ ਕਟਾਉਣਾ ਹੋਵੇ, ਆਪਾਂ ਪਹਿਲਾਂ ਟਰੈਕਟਰ ਵੇਚਾਂਗੇ ਫਿਰ ਲਿਆ ਜਾਓ ਉਹਨੂੰ ਚੀਜ਼ ਵਿਕ ਜਾਂਦੀ ਆ। ਆਪਾਂ ਟਰੈਕਟਰ ਕੋਈ ਇੱਕ ਜਿਵੇਂ ਮੰਨ ਲਓ 735 ਲੈਣਾ, ਇੱਕ ਛੋਟਾ ਟਰੈਕਟਰ ਆ ਆਪਾਂ ਵਿੱਚ ਕੱਟ ਲਾਂਗੇ, ਜੇ ਫਾਰਮ ਸੈੱਟ ਤੋਂ ਛੋਟਾ ਤਾਂ ਆਪਾਂ ਉਹ ਵਿੱਚ ਕੱਟ ਲਾਂਗੇ। ਠੀਕ ਆ ਬਾਈ, ਲੈ ਵੀ ਆਹ ਵੀ ਬੜਾ ਵਧੀਆ ਬਾਈ ਨੇ ਆਫਰ ਦਿੱਤਾ ਵੀ ਜੇ ਕੋਈ ਵਾਰੀ ਭਰਾ ਆਪਣਾ ਕੋਈ ਅਦਲਾ ਬਦਲੀ ਕਰਨਾ ਚਾਹੁੰਦਾ ਹੋਵੇ ਨਾ, ਜਾਂ ਛੋਟੇ ਟਰੈਕਟਰ ਤੋਂ ਵੱਡਾ ਟਰੈਕਟਰ ਖਰੀਦਣਾ ਚਾਹੁੰਦਾ ਹੋਵੇ, ਜਾਂ ਵੱਡੇ ਤੋਂ ਕਈ ਵਾਰੀ ਆਪਾਂ ਆਏ ਹੁੰਦਾ ਵੀ ਵਾਹਣ ਕੁਛ ਠੇਕੇ 'ਤੇ ਦੇ ਦਿੰਦੇ ਹਾਂ ਕੁਛ ਥੋੜ੍ਹਾ ਕਰਨਾ ਹੁੰਦਾ ਨਾ, ਤਾਂ ਉਸ ਤਰ੍ਹਾਂ ਦੀ ਵੀ ਬਾਈ ਕਹਿੰਦਾ ਵੀ ਆਪਾਂ ਐਡਜਸਟਮੈਂਟ ਕਰ ਲਾਂਗੇ। ਬਾਕੀ ਜਿਹੜਾ ਬਈ ਆਹ ਟਰੈਕਟਰ ਆ ਇਹ ਕਲਾਸਕਰ ਇੰਜਨ ਵਾਲਾ, ਇਹ ਸਿੰਪਲ ਟਰੈਕਟਰ ਨਹੀਂ ਹੈਗਾ, ਕਲਾਸਕਰ ਇੰਜਨ ਜ਼ੋਰ ਵੱਧ ਮਾਰਦਾ, ਖਰਚਾ ਘੱਟ ਆ, ਤੁਹਾਨੂੰ ਮੋਹਰ ਵਿਖਾ ਦਿੰਦੇ ਇੰਜਨ 'ਤੇ ਲੱਗੀ ਵੀ, ਕਲਾਸਕਰ ਇੰਜਨ ਆਪਣੀ ਫੁੱਲ ਗਰੰਟੀ ਆ, ਉਹ ਵਿੱਚ ਮਾਰ ਕੱਟ ਲਾਈ 'ਚ ਲੱਗਿਆ ਬਾਈ। ਠੀਕ ਆ, ਕਲਾਸਕਰ ਇੰਜਨ ਆ ਵਿੱਚ ਇਹ। ਠੀਕ ਆ, ਪਲੇਟ 'ਤੇ ਵੀ ਲਿਖਿਆ ਵੇ, ਇੱਥੇ ਆ ਪਲੇਟ 'ਤੇ ਵੇਖ ਸਕਦੇ ਤੁਸੀਂ ਕਲਾਸਕਰ ਦਾ ਮਾਰਕ ਆ। ਇਹ ਟਰੈਕਟਰ ਦੀ ਹਮੇਸ਼ਾ ਡਿਮਾਂਡ ਤੇਜ਼ ਰਹਿੰਦੀ ਆ, ਬਹੁਤ ਘੱਟ ਟਰੈਕਟਰ ਮਿਲਦਾ। ਠੀਕ ਆ, 855 ਵੀ ਲਈਏ ਤਾਂ ਕਲਾਸਕਰ ਇੰਜਨ ਹੀ ਲੈਂਦੇ ਲੋਕੀ ਭਾਜ ਭਾਜ। ਠੀਕ ਆ ਬਾਈ, ਸੋ ਦੋਸਤੋ ਇਹ ਬਾਈ ਕੋਲ ਦੋ ਟਰੈਕਟਰ ਆ, ਇੱਕ ਸਵਰਾਜ 735 ਅਤੇ ਇੱਕ ਫਾਰਮ ਟਰੈਕ 60 ਦਾ, ਤਾਂ ਬਾਈ ਦਾ ਆਪਾਂ ਫੋਨ ਨੰਬਰ ਲੈ ਕੇ ਦੇਤਾ ਤੁਹਾਨੂੰ, ਅਤੇ ਕਰ ਲਿਓ ਬਾਈ ਨੂੰ ਫੋਨ, ਬਾਕੀ ਵੀਡੀਓ ਸ਼ੇਅਰ ਕਰ ਦਿਓ ਜੇ ਚੰਗੀ ਲੱਗੀ ਤਾਂ ਜੋ ਆਪਣੇ ਅੱਗੇ ਵੀ ਸਾਰੇ ਭਰਾਵਾਂ ਤੱਕ ਇਹ ਵੀਡੀਓ ਪਹੁੰਚ ਜਾਵੇ।